ਸਿੱਧੂ ਮੂਸੇਵਾਲ ਦੇ 295 ਗਾਣੇ ਬਾਰੇ ਬੋਲੇ ਯੋਗਰਾਜ ਸਿੰਘ। ਐਡਾ ਸੱਚ ਹੈ ਜਿਹੜਾ ਸੁਣਨਾ ਔਖਾ ਹੈ। ਜੱਟ ਨੇ ਕਿਹਾ ਸੱਚ ਬੋਲਿਆ। ਸਿੱਧੂ ਮੂਸੇਵਾਲਾ ਅਜਿਹਾ ਕਲਾਕਾਰ ਜੋ ਹਰ ਪੀੜ੍ਹੀ ਦੇ ਦਿਲਾਂ ਦੇ ਉੱਤੇ ਰਾਜ ਕਰਦਾ, ਤੇ 295 ਗਾਣਾ ਅਜਿਹਾ ਗਾਣਾ ਸੀ ਜਿਸ ਨੇ ਪੁਰਾਣੀ ਪੀੜ੍ਹੀ ਨੂੰ ਵੀ ਸਿੱਧੂ ਮੂਸੇਵਾਲੇ ਦਾ ਫੈਨ ਬਣਾ ਦਿੱਤਾ ਸੀ। ਜਿਉਣਾ ਇਹੋ ਜਿਹਾ ਹੋਣਾ ਚਾਹੀਦਾ ਬੰਦੇ ਦਾ, ਬੇਖੌਫ ਬੇਡਰ। ਸਲਾਮ ਹੈ ਸਿੱਧੂ ਮੂਸੇਵਾਲੇ ਨੂੰ, ਮੇਰਾ ਦਾ ਪੋਤਾ। ਸਾਰੇ ਲੋਕਾਂ ਵਾਂਗ ਯੋਗਰਾਜ ਸਿੰਘ ਵੀ ਨਜ਼ਰ ਆਏ ਸਿੱਧੂ ਮੂਸੇਵਾਲੇ ਦਾ ਗਾਣਾ ਆਪਣੀ ਗੱਡੀ ਵਿੱਚ ਸੁਣਦੇ ਹੋਏ। ਮੂਸੇਵਾਲੇ ਦੇ ਗਾਣੇ ਲੱਗੇ ਹੋਏ ਆ, ਮੂਸੇਵਾਲਾ ਗਾ ਰਿਹਾ, ਪਿਓ ਪੁੱਤ ਸੁਣਦੇ ਜਾ ਰਿਹਾ। ਕਿਆ ਬਾਤ ਹੈ, ਜਿਉਣਾ ਇਹੋ ਜਿਹਾ ਹੋਣਾ ਚਾਹੀਦਾ ਬੰਦੇ ਦਾ, ਬੇਖੌਫ ਬੇਡਰ। ਹੈਂ, ਸਲਾਮ ਹੈ ਸਿੱਧੂ ਮੂਸੇਵਾਲੇ ਨੂੰ, ਮੇਰਾ ਦਾ ਪੋਤਾ। ਠੀਕ ਹੈ, ਕਿਆ ਬਾਤ ਹੈ। ਹਾਂ, ਐਡਾ ਸੱਚ ਹੈ ਜਿਹੜਾ ਸੁਣਨਾ ਔਖਾ ਹੈ। ਗੋਡ ਬਲੈਸ ਮਹਾਨ ਸਿੱਧੂ ਮੂਸੇਵਾਲਾ, ਤੁਸੀਂ ਆਪਣੀ ਮਿਹਨਤ, ਪ੍ਰਤਿਭਾ ਅਤੇ ਜਨੂੰਨ ਦੁਆਰਾ ਅਮਰ ਹੋ। ਉਹਨਾਂ ਲੱਖਾਂ ਲੋਕਾਂ ਦੁਆਰਾ ਤੁਹਾਡੇ ਬਾਰੇ ਸੁਣਦੇ ਅਤੇ ਸੋਚਦੇ ਹਨ। ਮੂਸੇਵਾਲਾ ਗਾ ਰਿਹਾ, ਪਿਓ ਪੁੱਤ ਸੁਣਦੇ ਜਾ ਰਿਹਾ। ਕਿਆ ਬਾਤ ਹੈ, ਜਿਉਣਾ ਇਹੋ ਜਿਹਾ ਹੋਣਾ ਚਾਹੀਦਾ ਬੰਦੇ ਦਾ, ਬੇਖੌਫ ਬੇਡਰ। ਹੈਂ, ਸਲਾਮ ਹੈ ਸਿੱਧੂ ਮੂਸੇਵਾਲੇ ਨੂੰ, ਮੇਰਾ ਦਾ ਪੋਤਾ। ਠੀਕ ਹੈ, ਕਿਆ ਬਾਤ ਹੈ। ਹਾਂ, ਐਡਾ ਸੱਚ ਹੈ ਜਿਹੜਾ ਸੁਣਨਾ ਔਖਾ ਹੈ। ਜੱਟ ਨੇ ਕਿਹਾ ਸੱਚ ਬੋਲਿਆ। ਹੋਰ ਵੀ ਲੇਟੈਸਟ ਬਾਲੀਵੁੱਡ ਬੋਲੀਵੁੱਡ ਅਪਡੇਟਸ ਲਈ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰੋ ਰੁਤਬਾ ਪੰਜਾਬ ਦਾ।